ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਸਾਰਾਂਗੜੀ ਨਿਵਾਸ ਜਿਹੜੀ ਸੰਕਾਂ ਦੀ ਸਹੂਲਤ ਵਾਸਤੇ ਆਨਲਾਈਨ ਤੇ ਦੇ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮਰੇ ਕੀਤੇ ਗਏ ਨਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਜਿਹੜੀ ਸਾਈਟ ਆ sgpc.site.com ਉੱਤੇ ਹੀ ਕਿਹੜੇ ਸੰਗਤਾਂੜੀਆਂ ਉਹ ਕਮਰੇ ਬੁੱਕ ਕਰਾਉਣ ਜਿਹਦੇ ਨਾਲ ਕਿ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਇੱਕ ਕੋਈ ਭਾਰਤ ਵਿੱਚ ਇਹਨੇ ਅਕਾਊਂਟ ਸਾਰਾ ਗੜੀ ਨਾਮ ਦਾ ਬਣਾ ਕੇ ਉਹ ਸੰਗਤਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਤਿੰਨ ਚਾਰ ਮਹੀਨੇ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਕੰਪਲੇਂਟ ਵੀ ਰਿਟਨ ਚ ਦਿੱਤੀ ਆ ਤੇ ਸੰਗਤਾਂ ਦੀ ਸਾਨੂੰ ਅਜੇ ਵੀ ਜਿਹੜੀ ਉਹ ਸ਼ਿਕਾਇਤਾਂ ਰੋਜ਼ ਆ ਰਹੀਆਂ ਕਿ ਸਾਡੇ ਨਾਲ ਅੱਜ ਫੇਰ ਠੱਗੀ ਵੱਜੀ ਆ ਸਾਡੇ ਨਾਲ ਫੇਰ ਕੱਲ ਵੱਜੀ ਆ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਘੱਟੋ ਘੱਟ ਜਿਹੜੇ ਇਹੋ ਜਿਹੇ ਬੰਦੇ ਆ ਸਾਈਬਰ ਟਾਰਗੇਟ ਜਿਹੜੇ ਮੇਰੇ ਸੋਸ਼ਲ ਮੀਡੀਆ ਦੇ ਬੇਟੇ ਉਹਨਾਂ ਤੋਂ ਬਚਿਆ ਜਾਵੇ ਕੇਵਲ ਤੇ ਕੇਵਲ ਸ਼੍ਰੋਮਣਿਕ ਪਰਵਦਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਜਿਹੜੀ ਵੈਬਸਾਈਟ ਚੱਲਦੀ ਹੈ ਉੱਤੇ ਹੀ ਕਮਰਾ ਬੁੱਕ ਰਾਇਆ ਜਾਵੇ ਤਾਂ ਜੋ ਜਿਹੜੀ ਸੰਗਤ ਨਾ ਠੱਗੀ ਨਾ ਵਜ ਸਕੇ ਪੁਲਿਸ ਠਿਕਾਰੇ ਨੂੰ ਮਿਲਿਓ ਕੀ ਗਿਆ ਉਹਨਾਂ ਨੇ ਪੁਲਿਸ ਅਧਿਕਾਰੀ ਜਦੋਂ ਅਸੀਂ ਮਿਲੇ ਆ ਤੇ ਉਹਨਾਂ ਨੇ ਇਹ ਕਿਹਾ ਕਿ ਬੰਦਾ ਕੋਈ ਬਾਹਰ ਦਾ ਹੈ ਇਹਦੇ ਤੇ ਇੰਨੀ ਛੇਤੀ ਨਹੀਂ ਹੋ ਸਕਦਾ ਪਰ ਇੰਨੀ ਛੇਤੀ ਨਹੀਂ ਹੋਣ ਦਾ ਕਾਰਨ ਕਿ ਬੰਦਾ ਨਹੀਂ ਟ੍ਰੇਸ ਹੋਇਆ ਤੇ ਕੋਈ ਗੱਲ ਨਹੀਂ ਘੱਟੋ ਘੱਟ ਉਹਦੇ ਜਿਹੜੇ ਅਕਾਊਂਟ ਚੱਲਦੇ ਉਹਨਾਂ ਤੋਂ ਤਾਂ ਟ੍ਰੇਸ ਹੁੰਦਾ ਨਾ ਬੰਦਾ ਉਹਦੇ ਆ ਜਾ ਤਾਂ ਲਗਾਤਾਰ ਉਹਦੇ ਅਕਾਊਂਟ 'ਚ ਪੈਸੇ ਜਾ ਰਹੇ ਆ ਕਯੂਆਰ ਕੋਡ ਦਿੰਦਾ ਵਾ ਉਹਦਾ ਰੈਗੂਲਰ ਫੋਨ ਚੱਲ ਰਿਹਾ ਉਹ ਤੋਂ ਤੇ ਬੰਦਾ 1 ਮਿੰਟ 'ਚ ਪੜਿਆ ਜਾਂਦਾ ਪਰ ਪਤਾ ਨਹੀਂ ਮੈਂ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਘੱਟੋ ਘੱਟ ਗੁਰੂ ਘਰਾਂ ਨਾਲ ਇਹੋ ਜਿਹੇ ਠੱਗੀਆਂ ਨਹੀਂ ਵਜਣੀਆਂ ਚਾਹੀਦੀਆਂ ਸਾ ਜਿਹੜੇ ਪ੍ਰਸ਼ਾਸਨ ਨੂੰ ਸੀਰੀਅਸ ਹੋ ਕੇ ਇਹਦਾ ਜਿਹੜਾ ਡੀ ਵੈਬਸਾਈਟ ਚੱਲ ਰਹੀ ਇਹਨੂੰ ਬੰਦ ਕਰਾਉਣਾ ਚਾਹੀਦਾ